ਨਸ਼ਿਆਂ ਦੇ ਵੱਧਦੇ ਰੁਝਾਨ ਨੂੰ ਲੈ ਕੇ ਪਿੰਡ ਪਿੰਡ ਦੇ ਵਿੱਚ ਸੈਮੀਨਾਰ ਨਸ਼ੇ ਰੋਕੂ ਕਰਵਾਏ ਜਾ ਰਹੇ ਨੇ। ਅਸੀਂ ਖੜੇ ਹਾਂ ਤਲਵੰਡੀ ਸਾਬੋ ਦੇ ਪਿੰਡ ਬਹਿਮਨ ਕੌਰ ਸਿੰਘ ਵਿੱਚ, ਜਿੱਥੇ ਤੁਹਾਨੂੰ ਤਸਵੀਰਾਂ ਦੇ ਵਿੱਚ ਦਿਖਾ ਦਈਏ ਇੱਕ ਵੱਡਾ ਇੱਕ ਨਸ਼ੇ ਨੂੰ ਰੋਕਣ ਦੇ ਲਈ ਇੱਕ ਸੈਮੀਨਾਰ ਆ ਜਿਹੜਾ ਉਹ ਵੱਡਾ ਕਰਵਾਇਆ ਗਿਆ, ਜਿਸ ਦੇ ਵਿੱਚ ਜ਼ਿਲ੍ਹੇ ਤੋਂ ਜਿਹੜੇ ਅਫਸਰ ਆ ਜਿਹੜੇ ਉਹ ਮੁਲਾਜ਼ਮ ਆਏ ਹੋਏ ਨੇ ਅਤੇ ਲੋਕਾਂ ਨੂੰ ਕਿਤੇ ਨਾ ਕਿਤੇ ਨਸ਼ਾ ਬੰਦ ਕਰਨ ਦੇ ਲਈ ਜਾਗਰੂਕ ਕਰ ਰਹੇ ਨੇ। ਤਸਵੀਰਾਂ ਦੇ ਵਿੱਚ ਤੁਸੀਂ ਦੇਖਦੇ ਹੋ ਔਰਤਾਂ ਜਿਹੜੀਆਂ ਔਰਤਾਂ ਵੀ ਮੌਜੂਦ ਨੇ, ਔਰਤਾਂ ਵੀ ਮੌਜੂਦ ਨੇ, ਉਹ ਵੀ ਕਿਤੇ ਨਾ ਕਿਤੇ ਆਪਣਾ ਯੋਗਦਾਨ ਪਾਉਣ ਦੇ ਲਈ ਬੈਠੇ ਨੇ। ਆਪਾਂ ਗੱਲਬਾਤ ਕਰਾਂਗੇ ਕੀ ਕਹਿਣਾ ਚਾਹੁੰਦੇ ਤੁਸੀਂ ਤਸਵੀਰਾਂ ਦੇ ਵਿੱਚ ਗੱਲਬਾਤ ਕਰ ਰਹੇ ਹੋ। ਇਹ ਸੈਮੀਨਾਰ ਦਾ ਮੁੱਖ ਮਕਸਦ ਕਿਹੜੇ ਕਿਹੜੇ ਵੀ ਆਪਾਂ ਲੋਕਾਂ ਨੂੰ ਨਸ਼ਾ ਸੰਬੰਧੀ ਅਸੀਂ ਵੀ ਇੱਕ ਬਹੁਤ ਵੱਡੀ ਬਣਾਈ ਹੈ। ਬਿਲਕੁਲ ਇਹ ਪਿੰਡ ਜਿਹੜਾ ਹੈਗਾ ਪਿੰਡ ਪਹਿਲਾਂ ਹੀ ਜਿਹੜਾ ਆ ਇਸ ਪੱਖੋਂ ਕਾਫੀ ਅੱਗੇ ਆ, ਜਿਹਨਾਂ ਨੇ ਆਪਦੀ ਕਮੇਟੀ ਬਣਾ ਕੇ ਇਸ ਚੀਜ਼ ਨੂੰ ਰੋਕਣ ਦੇ ਵਿੱਚ ਮੈਂ ਇਹ ਕਹਿ ਸਕਦਾ ਵੀ 99% ਕਾਮਯਾਬੀ ਹਾਸਲ ਕੀਤੀ। ਇਹਨਾਂ ਨੂੰ ਬੂਸਟ ਅਪ ਕਰਨ ਵਾਸਤੇ ਵੀ ਅਸੀਂ ਵੀ ਇਹਨਾਂ ਦੇ ਨਾਲ ਹਰ ਸਮੇਂ ਹਾਜ਼ਰ ਇੱਥੇ ਆਏ। ਹੁਣ ਤਾਂ ਤੁਸੀਂ ਸਿੰਘ ਤੋਂ ਇਲਾਵਾ ਨਥੀਹਾ ਪਿੰਡ ਇਹਨਾਂ ਨੇ ਵੀ ਇਸੇ ਤਰ੍ਹਾਂ ਹੀ ਉਪਰਾਲਾ ਸ਼ੁਰੂ ਕੀਤਾ ਹੈ ਔਰ ਇੰਨਾ ਉਪਰਾਲਾ ਹੀ ਨਹੀਂ ਕੀਤਾ ਬਲਕਿ ਇਹਨਾਂ ਦੇ ਸਹਿਯੋਗ ਨਾਲ ਸਾਨੂੰ ਨਸ਼ੇ ਵਾਲਿਆਂ ਨੂੰ ਫੜਨ 'ਚ ਵੀ ਕਾਮਯਾਬੀ ਹੁੰਦੀ। ਜੇ ਆਪਾਂ ਸਰ ਗੱਲ ਕਰੀਏ ਪਿੰਡ ਪਿੰਡ ਨਸ਼ਾ ਜਿਹੜਾ ਉਹ ਵੱਧ ਰਿਹਾ, ਤੁਸੀਂ ਅੱਜ ਵੀ ਇੱਥੇ ਵੀ ਸੈਮੀਨਾਰ ਲਿਆ ਕਿ ਤੁਸੀਂ ਤਲਵੰਡੀ ਸਾਬੋ ਜਾਂ ਆਪਣੇ ਜ਼ਿਲ੍ਹੇ ਬਠਿੰਡੇ ਦੇ ਵਿੱਚ ਹੋਰ ਵੀ ਜੇ ਇਹ ਸੈਮੀਨਾਰ ਕਰਾ ਕੇ ਅਤੇ ਨਸ਼ੇ ਰੋਕੂ ਕਮੇਟੀ ਬਣਾ ਰਹੇ ਹੋ? ਇਹ ਸਿਲਸਿਲਾ ਜਾਰੀ ਰਹੂਗਾ, ਇਹ ਸਿਲਸਿਲਾ ਜਾਰੀ ਰਹੂ ਪਰ ਕੋਸ਼ਿਸ਼ ਕਰਾਂਗੇ ਵੀ ਇਹਨੂੰ ਵੱਧ ਤੋਂ ਵੱਧ ਪਿੰਡਾਂ ਨੂੰ ਅਸੀਂ ਕਵਰ ਕਰੀਏ ਪਰ ਇਕੱਲਾ ਕਵਰ ਨਾ ਕਰੀਏ ਵੀ ਉਹਨਾਂ ਪਿੰਡਾਂ ਨੂੰ ਐਕਚੁਅਲੀ ਅਸੀਂ ਨਸ਼ਾ ਮੁਕਤੀ ਉਹ ਕੋਈ ਮਕਸਦ ਨਹੀਂ ਵੀ ਅਸੀਂ 100 ਸੈਮੀਨਾਰ ਕਰ ਲਿਆ ਬਟ ਅਸੀਂ ਆਊਟਪੁੱਟ ਲੈ ਚੱਲਦੇ ਹਾਂ ਉਹ ਭਾਵੇਂ ਸੈਮੀਨਾਰ ਘੱਟ ਹੋ ਪਰ ਵਰਤੋਂ ਹੈ ਕਿ ਜਿਹੜਾ ਮੇਨ ਨਸ਼ਾ ਛਡਾਉਣਾ ਉਹ ਜ਼ਰੂਰ ਹੈ। ਸਰ ਕਿਵੇਂ ਪਿੱਛੇ ਕਮੇਟੀਆਂ ਬਣੀਆਂ, ਤੁਹਾਨੂੰ ਲੱਗਦਾ ਵੀ ਇਹਦਾ ਅਸਰ ਹੈ ਨਸ਼ੇ ਰੋਕੂ ਕਮੇਟੀ ਦਾ? ਕਿੰਨਾ ਕੁ ਅਸਰ ਲੱਗਿਆ ਵੀ ਕਿੰਨਾ ਕੁ ਨਸ਼ਾ ਜਿਹੜਾ ਉਹ ਬੰਦ ਹੋਇਆ? ਕੀ ਕਹਿਣਾ ਚਾਹੁੰਦੇ? ਜਦੋਂ ਨਸ਼ਾ ਛਡਾਊ ਕਮੇਟੀ ਬਣਦੀ ਆ ਜਿਹੜੇ ਨਸ਼ੇ ਵੇਚਣ ਵਾਲੇ ਆ ਉਹਨਾਂ ਨੂੰ ਇੰਨਾ ਤਾਂ ਅਹਿਸਾਸ ਹੁੰਦਾ ਨਾ ਵੀ ਪੁਲਿਸ ਤੋਂ ਇਲਾਵਾ ਇੱਕ ਇਹ ਗਰੁੱਪ ਵੀ ਆ ਜਿਹੜਾ ਸਾਡੇ ਖਿਲਾਫ ਖੜਾ ਆ ਔਰ ਜਿਹੜਾ ਨਸ਼ਿਆਂ ਤੋਂ ਸਾਨੂੰ ਰੋਕੂਗਾ। ਉਹਨਾਂ ਦੇ ਰਿਜ਼ਲਟ ਜਿਹੜੇ ਹੈਗੇ ਆ ਹੌਲੀ ਹੌਲੀ ਸਾਹਮਣੇ ਆਉਂਦੇ ਆ। ਐਂ ਤਾਂ ਹੁਣ ਜ਼ਿਮੀਂਦਾਰ ਆਪਾਂ ਜ਼ਿਮੀਂਦਾਰ ਕੱਖ ਮਾਰਦੇ ਹਾਂ ਹੁਣ ਮਾਰਾਂਗੇ ਆ ਮੀਂਹ ਪੈ ਜੂਗਾ ਫਿਰ ਉੱਡਾ ਉੱਡਾ ਜੂਗਾ, ਜੇ ਆਪਾਂ ਕਹੀਏ ਵੀ ਹਰ ਵਾਰੀ ਇਹ ਤਾਂ ਉੱਗ ਪੈਂਦਾ ਯਾਰ ਆਪਾਂ ਮਾਰ ਦਈਏ ਤਾਂ ਫਿਰ ਇਹਦਾ ਮਤਲਬ ਇਹ ਹੱਦ ਤਾਂ ਨਹੀਂ ਹੈਗਾ। ਠੀਕ ਆ ਨਸ਼ਿਆਂ ਨੂੰ ਛਡਾਉਣ ਲਈ ਐਫਰਟ ਆਪਣੇ ਜਾਰੀ ਹੈ ਔਰ ਕੋਸ਼ਿਸ਼ ਕਾਮਯਾਬੀ ਵੀ ਜ਼ਰੂਰ ਹੈ। ਸਰ ਲੋਕਾਂ ਨੂੰ ਤੁਸੀਂ ਕੀ ਅਪੀਲ ਕਰਨਾ ਚਾਹੁੰਦੇ ਵੀ ਤੁਹਾਡੇ ਨਾਲ ਲੱਗ ਕੇ ਕੀ ਕਹਿਣਾ ਚਾਹੁੰਦੇ ਹੋ ਲੋਕ ਜਿਹੜੇ ਆਮ ਪਬਲਿਕ ਹੈ ਸਰ ਉਹਨਾਂ ਦੀ ਸਹਿਯੋਗ ਤੋਂ ਬਿਨਾਂ ਕਹਿ ਰਿਹਾ ਵੀ ਪਬਲਿਕ ਇਸ ਮੈਟਰ ਦੇ ਵਿੱਚ ਅੱਗੇ ਆ ਜਿਹੜੇ ਪਿੰਡ ਵਾਲੇ ਆ ਉਹਨਾਂ ਨੂੰ ਆਪਦੇ ਪਿੰਡ ਦੀ ਬਿਹਤਰ ਜਾਣਕਾਰੀ ਹੁੰਦੀ ਹੈ ਇੱਕ ਪੁਲਿਸ ਅਫਸਰ ਦੇ ਵੀ ਪੁਲਿਸ ਅਫਸਰ ਬਦਲਦੇ ਰਹਿੰਦੇ ਠੀਕ ਹੈ ਜਿਹੜੇ ਪਿੰਡ ਦੇ ਰਹਿਣ ਵਾਲੇ ਉਹਨਾਂ ਨੂੰ ਪਤਾ ਹੈ ਵੀ ਸਾਡੇ ਪਿੰਡ ਦੇ ਹਾਲਾਤ ਕੀ ਹੈਗੇ ਕਿਹੜਾ ਬੰਦਾ ਕਰਨਾ ਕਿਹੜਾ ਸਹੀ ਹੈ ਔਰ ਜੇਕਰ ਉਹ ਐਫਰਟ ਕਰਨਗੇ ਇਲਾਕਾ ਨਸ਼ਾ ਤਾਂ ਬਹੁਤ ਜ਼ਲਦੀ ਚੀਜ਼ ਆ ਬਹੁਤ ਜਲਦੀ ਖਤਮ ਹੋ ਜਾਣਾ ਪਰ ਸਿਰਫ ਇੱਕ ਹੈ ਵੀ ਲੋਕਾਂ ਨੂੰ ਸਟੈਪ ਅਪ ਹੋ ਗਏ ਅੱਗੇ ਆਉਣਾ ਪਊਗਾ ਜੇ ਉਹ ਇਸ ਪੌਂਚ ਤੇ ਰਹਿਣਗੇ ਵੀ ਮੈਂ ਕੀ ਲੈਣਾ ਕੰਪਾ ਦੂਜਾ ਕਬਰ ਲੈਣੇ ਤੇ ਦੇਣੇ ਪੈ ਜਾਣਗੇ। ਤੇ ਸਰ ਇੱਕ ਜੋ ਨਸ਼ੇ ਰੋਕਦੇ ਆ ਮੁੰਡੇ ਕਮੇਟੀਆਂ ਬਣਾ ਉਹਨਾਂ ਨੂੰ ਕਈ ਵਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ, ਤੁਸੀਂ ਉਹਨਾਂ ਦੇ ਨਾਲ ਮਤਲਬ ਖੜੋਗੇ? ਕਹਿਣਾ ਚਾਹੁੰਦੇ ਹੋ ਤੁਸੀਂ ਆਹ ਨਾਲ ਸਾਡੇ ਖੜੇ ਹੋ ਨਾਲ ਖੜਾਂਗੇ ਔਰ ਜਿਹੜੇ ਕੋਈ ਮੁਸ਼ਕਲਾਂ ਆਉਂਦੀਆਂ ਉਹਨਾਂ ਨੂੰ ਕੋਸ਼ਿਸ਼ ਕਰਾਂਗੇ ਜਲਦੀ ਤੋਂ ਜਲਦੀ ਸੋਲਵ ਆਊਟ ਕਰੀਏ ਕਿਉਂਕਿ ਇਹੋ ਜਿਹੇ ਕੰਮਾਂ ਦੇ ਵਿੱਚ ਕਈ ਵਾਰੀ ਹੋ ਜਾਂਦਾ ਆ ਕੋਈ ਹੱਥੋਂ ਪਾਈ ਵਾਲਾ ਸਿਲਸਿਲਾ ਵੀ ਆ ਜਾਂਦਾ ਸਾਡੇ ਨਾਲ ਵੀ ਹੋ ਜਾਂਦਾ ਆਮ ਜੀ ਜੀਵਨ ਫਾਇਰਿੰਗ ਪੱਤਣਾ ਜੀ ਉਹ ਇਹੋ ਜਿਹੇ ਹਾਲਾਤ ਦੇ ਵਿੱਚ ਜਦੋਂ ਤੁਸੀਂ ਨੇਕ ਨੀਤੀ ਨਾਲ ਕੰਮ ਕਰ ਰਹੇ ਜੀ ਜੀ ਤਾਂ ਪੁਲਿਸ ਜ਼ਰੂਰ ਤੁਹਾਡਾ ਸਹੀ ਹੈ ਜੀ ਠੀਕ ਹੈ। ਸਰਪੰਚ ਸਾਡੇ ਨਾਲ ਮੌਜੂਦ ਨੇ ਹਾਂ ਸਰਪੰਚ ਸਾਹਿਬ ਕੀ ਕਹਿਣਾ ਚਾਹੁੰਦੇ ਤੁਸੀਂ ਵੀ ਦੇਖੋ ਕਮੇਟੀ ਬਣਾਈ ਸੀ ਕਿੰਨੇ ਕੁ ਉਹਦੇ ਪੋਜ਼ਿਟਿਵ ਨਤੀਜੇ ਆਏ ਕੀ ਕਹਿਣਾ ਚਾਹੁੰਦੇ ਲੋਕਾਂ ਨੂੰ ਅੱਜ ਤੁਸੀਂ ਸੈਮੀਨਾਰ ਵੀ ਕਰਵਾਏ? ਅਸੀਂ ਤਾਂ ਕਹਿਣਾ ਚਾਹੁੰਦੇ ਹਾਂ ਕਿ ਸਾਡੇ ਪਿੰਡ 'ਚ ਬਹੁਤ ਹੀ ਵਧੀਆ ਕੰਮ ਹੋ ਰਿਹਾ ਹੈ ਪਿੰਡ ਵਾਸੀ ਸਾਡੇ ਰਿਸ਼ਤੇਦਾਰ ਸਾਡੇ ਬੋਲਦਾਰ ਉਹਨਾਂ ਦਾ ਸਹਿਯੋਗ ਬਹੁਤ ਜ਼ਿਆਦਾ ਹੈ ਬਾਕੀ ਸਾਰੇ ਪਿੰਡ ਦਾ ਵੀ ਹੈ ਸਾਡੇ ਜੇ ਵੇਚਣ ਵਾਲੇ ਤਾਂ ਇੱਕ ਦੋ ਜਾਣੇ ਸੀ ਬਦਨਾਮ ਸਾਰਾ ਪਿੰਡ ਜੀ ਹੁਣ ਉਹ ਇੱਕ ਦੋ ਜਾਣੇ ਅਤੇ ਹੁਣ ਸਾਡੇ ਕੋਲ ਕੋਈ ਵੇਚਣ ਵਾਲਾ ਹੈ ਨਾ ਹੀ ਕੋਈ ਲਾਉਣ ਵਾਲਾ ਜਾਣਾ ਜਿਹੜੇ ਕੋਈ ਦੋ ਚਾਰ ਮੁੰਡੇ ਲਾਉਂਦੇ ਸੀ ਉਹ ਹੈ ਪਰ ਸੁਰਦਾ ਤਾਂ ਹੌਲੀ ਹੌਲੀ ਹੈ ਨਾ ਫਰਕ ਉਹਨਾਂ ਦਾ ਵੀ ਹੋਣ ਲੱਗਦਾ ਵੀ ਜਦੋਂ ਕਮੇਟੀ ਬਣਾਤੀ ਤੁਸੀਂ ਉਹਦਾ ਪਾਓ ਬਹੁਤ ਰਿਸਪੌਂਸ ਹੋਇਆ ਬਹੁਤ ਜ਼ਿਆਦਾ ਜੀ ਸਾਡੇ ਰੱਖੋ ਮੇਰੀ ਖੁਦ ਵਾਟਰ ਵਰਕਸ ਦੀਆਂ ਤਿੰਨ ਮੋਟਰਾਂ ਚੋਰੀ ਹੋ ਗਈਆਂ ਜੀ
ठीक है। उस तो बाद जो भी असी कमेटी बनाई है साढ़े पिंड कोई चोरी नहीं हुई, खेतों तो मोटर तारा होर की लापतीजी तक भी नहीं छड़ते। हूँ बहुत वधिया होया, यही अपील करते हैं भी पंचायतों को भी मुलाजमान भी यही बेनती करते हैं भी सहयोग के नाल खत्म हो सकता है, पंचायत भी कर ते जे पिंड दे कोई चार धरा लगते हैं तो पंचायत उन्होंने नाल लग के बिल्कुल साढ़े नाल मैडिकल एसोसीएशन के भी मौजूद ने, इन्होंने भी कितना ना कि अपना उपराला पाया, आप इन्हों भी गलबात करते हैं। हाँ जी, की नाम थोड़ा? मैं गुरमेल सिंह कई ब्लाक प्रधान मैडिकल एसोसीएशन तलवंडी साहब। जो साड़ी पिछली मीटिंग हुई सी डी एस पी तलवंडी साहब मोटा सिंह जी हाजिर हुए थे, उन्होंने दिशा निर्देश से उन्होंने सानू असी जो पिंड कमेटियां बना रहे हैं सरपंचां रल के नाल एस टी एफ ने भी साढ़े नाल सहयोग दे दी। अभी पिंड कमेटियां बना रहे हैं जी, जिमें उन्होंने दो तीन पिंड कुछ पिंड बनाई हैं, अज सैमीनार से जो इतने महमा कौर सिंह इतने भी सहयोग दिता है, तो आने वाले समय देव बहुत बहुत ज्यादा बहुत सी जी ਹੁਣ ਥੋੜਾ ਜਿਹਾ ਘਟਿਆ ਵਾ ਜਿੱਦਾਂ ਦੀ ਕਮੇਟੀ ਬਣੀ ਹੋਈ ਹੈ ਸਾਡੀ, ਅਸੀਂ ਬਹੁਤ ਖੁਸ਼ ਹਾਂ ਬੱਚਿਆਂ ਦੇ ਤੇ ਵੀ ਚੱਲ ਇਹਨਾਂ ਕਮੇਟੀ ਬਣਾਈ ਹੈ ਬੱਚਿਆਂ ਨੂੰ ਰੋਕਿਆ ਗਾ ਨਸ਼ਿਆਂ ਤੋਂ ਤਾਂ ਸਾਨੂੰ ਬਹੁਤ ਖੁਸ਼ ਹਾਂ ਅਸੀਂ ਵੀ ਰੋਕ ਜੇ ਤਾਂ ਅਸੀਂ ਵੀ ਸਾਥ ਦੇਵਾਂਗੇ ਨਾਲ। ਦੇਖੋ ਜੀ ਪਹਿਲਾਂ ਨਾ ਆਪਣਾ ਹਰਿੰਦਰ ਸਿੰਘ ਜੀ ਚਾਲ ਆਪਣੇ ਪਿੰਡ ਸਾਬਕਾ ਡੀ ਆਈ ਜੀ ਉਹਨਾਂ ਨੇ ਕਮੇਟੀ ਬਣਾਈ ਸੀਗੀ, ਕਿਉਂਕਿ ਆਪਣੇ ਨਾ ਬੀਤੇ ਥੋੜ੍ਹੇ ਜਿਹੇ ਟਾਈਮ ਪਹਿਲਾਂ ਉੱਥੇ ਇੱਕ ਡੈਥ ਹੋ ਗਈ ਸੀਗੀ, 19-20 ਸਾਲਾਂ ਦਾ ਮੁੰਡਾ ਹੀ ਸੀਗਾ ਚਿੱਟੇ ਨਾਲ, ਅਤੇ ਉਹਨੂੰ ਦੇਖਦੇ ਹੋਏ ਵੀ ਐਂ ਤਾਂ ਜੇ ਐਂ ਚੱਲੀ ਗਿਆ ਸਿਸਟਮ ਤਾਂ ਔਖਾ ਹੋ ਜੂਗਾ, ਤਾਂ ਉਹਨਾਂ ਨੇ ਆਪਣਾ ਪਿੰਡ 'ਚ ਕਮੇਟੀ ਬਣਾਈ ਸੀਗੀ ਅਤੇ ਸਾਰੇ ਪਿੰਡ ਦੇ ਸਾਥ ਵੀ ਦਿੱਤਾ ਨਾ ਮੁੰਡੇ ਆਏ ਅੱਗੇ ਵੱਧ ਕੇ, ਅਤੇ ਇਹ ਚੀਜ਼ ਨਾਲ ਹੁਣ ਕੰਟਰੋਲ ਵੀ ਹੈਗਾ ਗਾ ਨਸ਼ੇ ਦੇ ਵਿੱਚ। ਕਈ ਮੁੰਡੇ ਜਿਹੜੇ ਬਾਹਰੋਂ ਲੈ ਕੇ ਆਉਂਦੇ ਸੀ ਆਪਣੇ ਪਿੰਡ ਵਿੱਚ ਉਹ ਖੜੇ ਵੀ ਹੈਗੇ, ਅਤੇ ਉਦੋਂ ਬਾਅਦ ਦੇ ਵਿੱਚ ਆਪਾਂ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਉਹਨਾਂ 'ਤੇ ਕਾਰਵਾਈ ਵੀ ਕਰਵਾਈ ਹੈ, ਅਤੇ ਆਪਣਾ ਪੁਲਿਸ ਪ੍ਰਸ਼ਾਸਨ ਨੇ ਪੂਰਾ ਜੱਜ ਕੇ ਸਾਥ ਦਿੱਤਾ ਹੈਗਾ, ਹੈ ਨਾ ਵੀ ਸਾਰਿਆਂ ਨੂੰ ਹੱਲਾਸ਼ੇਰੀ ਵੀ ਦਿੱਤੀ ਹੈਗੀ, ਜਿਵੇਂ ਅੱਜ ਇੱਥੇ ਆਪਾਂ ਪਹੁੰਚੇ ਸੀਗੇ ਬਹਿਮਨ ਕੌਰ ਸਿੰਘ, ਇੱਥੇ ਵੀ ਆਪਾਂ ਨੂੰ ਇਹੀ ਹੱਲਾਸ਼ੇਰੀ ਦਿੱਤੀ ਗਈ ਹੈਗੀ ਵੀ ਕੋਈ ਡਰਨ ਵਾਲੀ ਐਵੇਂ ਦੀ ਗੱਲ ਨਹੀਂ, ਸਾਡੇ ਵੱਲੋਂ ਪੂਰਾ ਫੁੱਲ ਸਾਥ ਮਿਲੂਗਾ ਤੁਹਾਡਾ। ਸਾਡੇ ਮੋਤਬਰ ਅਤੇ ਹੋਰ ਡੀ ਐਸ ਪੀ ਸਾਹਿਬ ਜਿਨ੍ਹਾਂ ਨੇ ਦੱਸਿਆ ਕਿ ਪਿੰਡ ਪਿੰਡ ਦੇ ਵਿੱਚ ਆ ਜਿਹੜੀਆਂ ਉਹ ਕਮੇਟੀਆਂ ਜ਼ਰੂਰ ਬਣਾਉਣੀਆਂ ਚਾਹੀਦੀਆਂ, ਜੇ ਅਸੀਂ ਨਸ਼ਿਆਂ ਨੂੰ ਠੱਲ ਪਾਉਣੀ ਹੈ ਤਾਂ ਇਹ ਉਪਰਾਲੇ ਆ ਜਿਹੜੇ ਸਾਨੂੰ ਕਰਨੇ ਪੈਣਗੇ। ਕੈਮਰਾਮੈਨ ਕਮਲ ਦੇ ਨਾਲ ਲਖਵਿੰਦਰ ਸ਼ਰਮਾ, ਅਜੀਤ ਵੈਬ ਟੀਵੀ ਤਲਵੰਡੀ ਸਾਹਿਬ। ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ, ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈੱਲ ਆਈਕਨ 'ਤੇ ਕਲਿੱਕ ਕਰੋ।